ਯੋ-ਯੋ ਹਨੀ ਸਿੰਘ ਆਪਣੀ ਦਮਦਾਰ ਸੰਗੀਤ ਅਤੇ ਗਾਇਕੀ ਦੇ ਲਈ ਜਾਣੇ ਜਾਂਦੇ ਨੇ। ਉਹਨਾਂ ਨੇ 'ਮਿਊਜ਼ਿਕ ਇੰਡਸਟਰੀ' ਨੂੰ ਕਈ ਸੁਪਰਹਿੱਟ ਗੀਤ ਦਿੱਤੇ ਨੇ ਜੋ ਕਿ ਅੱਜ ਵੀ ਉਹਨਾਂ ਦੇ ਚਾਹੁਣ ਵਾਲਿਆਂ ਦੀ ਫੇਵਰੇਟ ਲਿਸਟ ਦੇ ਵਿੱਚ ਸ਼ਾਮਿਲ ਨੇ। ਬਹੁਤ ਜਲਦ ਹਨੀ ਸਿੰਘ ਦੀ ਜ਼ਿੰਦਗੀ 'ਤੇ ਇੱਕ ਡਾਕੂਮੈਂਟਰੀ ਰਿਲੀਜ਼ ਹੋਣ ਵਾਲੀ ਹੈ ਜਿਸ ਲਈ ਉਹ ਪੂਰੀ ਤਰ੍ਹਾਂ ਤਿਆਰ ਨੇ। ਹਾਲ ਹੀ ਦੇ ਵਿੱਚ ਉਹਨਾਂ ਨੇ ਤੌਬਾ ਤੌਬਾ ਗੀਤ ਦੇ ਗਾਇਕ ਕਰਨ ਔਜਲਾ ਦੇ ਨਾਲ ਜੁੜੀ ਇੱਕ ਦਿਲਚਸਪ ਘਟਨਾ ਸਾਂਝਾ ਕੀਤੀ। ਹਨੀ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਕਰਨ ਔਜਲਾ ਦੇ ਨਾਲ ਕਾਫ਼ੀ ਸਮੇਂ ਤੋਂ ਗੱਲਬਾਤ ਨਹੀਂ ਹੋਈ। ਉਹ ਪੂਰੇ 2 ਸਾਲ ਉਹਨਾਂ ਦੇ ਮੈਨੇਜਰ ਨੂੰ ਕਰਨ ਸਮਝ ਕੇ ਗੱਲ ਕਰਦੇ ਰਹੇ। ਯੋ-ਯੋ ਹਨੀ ਸਿੰਘ ਨੇ ਕਿਹਾ, ਮੈਂ ਕਰਨ ਨਾਲ ਪਹਿਲਾਂ ਕਦੇ ਗੱਲ ਨਹੀਂ ਕੀਤੀ, ਮੈਂ ਉਹਨਾਂ ਦੇ ਮੈਨੇਜਰ ਦੇ ਨਾਲ ਗੱਲ ਕਰਦਾ ਸੀ। ਮੈਂ ਸੋਚ ਰਿਹਾ ਸੀ ਕਿ ਇਹ ਕੀ ਹੋ ਰਿਹਾ ਹੈ। ਮੈਂ ਪੂਰੇ 2 ਸਾਲ ਉਹਨਾਂ ਨਾਲ ਗੱਲ ਕਰਦਾ ਰਿਹਾ। ਉਹਨਾਂ ਨੇ ਮੈਨੂੰ ਇੱਕ ਗੀਤ ਵੀ ਭੇਜਿਆ ਸੀ। ਤੁਸੀਂ ਵਿਸ਼ਵਾਸ ਨਹੀਂ ਕਰੋਗੇ ਕਿ ਉਹਨਾਂ ਨੇ ਮੇਰੇ ਲਈ ਮੈਕਸੀਕੋ ਗੀਤ ਲਿਖਿਆ ਸੀ ਅਤੇ ਉਹ ਚਾਹੁੰਦੇ ਸਨ ਕਿ ਮੈਂ ਇਸ ਨੂੰ ਗਾਵਾਂ। ਇਸ ਲਈ ਮੈਂ ਹਾਂ ਵੀ ਕਿਹਾ ਸੀ ਕਿਉਂਕਿ ਗੀਤ ਬਹੁਤ ਵਧੀਆ ਸੀ। ਹਨੀ ਨੇ ਅੱਗੇ ਦੱਸਿਆ, ਮੈਂ ਉਹਨਾਂ ਨੂੰ ਕਿਹਾ ਕਿ ਕੁਝ ਅਜਿਹੀਆਂ ਗੱਲਾਂ ਹਨ ਜਿਨ੍ਹਾਂ ਬਾਰੇ ਮੈਂ ਤੁਹਾਡੇ ਨਾਲ ਚਰਚਾ ਕਰਨਾ ਚਾਹੁੰਦਾ ਹਾਂ। ਮੈਂ ਗੀਤ ਵਿੱਚ ਕੁਝ ਬਦਲਾਅ ਕਰਨਾ ਚਾਹੁੰਦਾ ਸੀ। ਮੈਂ ਉਹਨਾਂ ਨੂੰ ਕਿਹਾ, ਮੈਂ ਤੁਹਾਡੇ ਨਾਲ ਕੁਝ ਤਬਦੀਲੀਆਂ ਬਾਰੇ ਗੱਲ ਕਰਨਾ ਚਾਹੁੰਦਾ ਹਾਂ, ਪਰ ਉਹਨਾਂ ਤਕਨੀਕੀ ਪੱਖ ਬਾਰੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਅੱਗੇ ਕਿਹਾ, ਮੈਨੂੰ ਕੁਝ ਅਜੀਬ ਲੱਗਾ। ਮੈਂ ਇਹ ਵੀ ਪੁੱਛਿਆ ਕਿ ਕਰਨ ਮੇਰੇ ਨਾਲ ਤਕਨੀਕੀ ਪੱਖ ਬਾਰੇ ਗੱਲ ਕਿਉਂ ਨਹੀਂ ਕਰਨਾ ਚਾਹੁੰਦਾ। ਇਸ 'ਤੇ ਜਵਾਬ ਆਇਆ ਕਿ ਮੈਂ ਕਰਨ ਦਾ ਮੈਨੇਜਰ, ਅਲਫਾਜ਼ ਹਾਂ, ਮਾਫ਼ ਕਰਨਾ, ਮੈਂ ਇਹ ਨਹੀਂ ਕਹਿਣਾ ਚਾਹੁੰਦਾ ਸੀ। ਯੋ-ਯੋ ਹਨੀ ਸਿੰਘ ਇਸ ਹਰਕਤ ਤੋਂ ਨਾਰਾਜ਼ ਹੋ ਗਏ। ਉਹਨਾਂ ਨੇ ਕਿਹਾ, ਤੁਸੀਂ ਮਾਫ਼ੀ ਮੰਗ ਕੇ ਕੀ ਕਰੋਗੇ, ਇਹ ਕੀ ਹੈ? ਫਿਰ ਕੁਝ ਦਿਨ ਪਹਿਲਾਂ ਜਦੋਂ ਅਲਫਾਜ਼ ਨੇ ਮੈਨੂੰ ਉਹਨਾਂ ਨਾਲ ਗੱਲ ਕਰਨ ਲਈ ਕਿਹਾ, ਮੈਂ ਅਲਫਾਜ਼ ਨੂੰ ਵੀ ਪੁੱਛਿਆ ਕਿ ਇਹ ਸੱਚਮੁੱਚ ਕਰਨ ਹੈ। ਫਿਰ ਉਹਨਾਂ ਨੇ ਮੈਨੂੰ ਯਕੀਨ ਦਵਾਇਆ ਕਿ ਉਹ ਅਸਲ ਵਿੱਚ ਕਰਨ ਔਜਲਾ ਹੈ। ਕਰਨ ਔਜਲਾ ਨੇ ਹਾਲ ਹੀ ਦੇ ਵਿੱਚ ਫਿਲਮ ਬੈਡ ਨਿਊਜ਼ ਦੇ ਚਾਰਟ ਬਰਸਟ ਟਰੈਕ ਤੌਬਾ ਤੌਬਾ ਦੇ ਨਾਲ ਫਿਲਮ ਇੰਡਸਟਰੀ ਦੇ ਵਿੱਚ ਹਲਚਲ ਮਚਾ ਦਿੱਤੀ ਹੈ। ਇਸ ਵਿੱਚ ਐਕਟਰ ਵਿੱਕੀ ਕੌਸ਼ਲ ਦੇ ਸ਼ਾਨਦਾਰ ਡਾਂਸ ਮੂਵਸ ਨੂੰ ਕਾਫ਼ੀ ਪਸੰਦ ਕੀਤਾ ਗਿਆ। ਪੰਜਾਬੀ ਗਾਇਕ ਕਰਨ ਔਜਲਾ ਨੂੰ ਹਾਲ ਹੀ ਦੇ ਵਿੱਚ ਆਈਫਾ 2024 ਦੇ ਵਿੱਚ ਇੰਟਰਨੈਸ਼ਨਲ ਟਰੈਂਡ ਸੈਟਰ ਆਫ ਦ ਈਅਰ ਅਵਾਰਡ ਦੇ ਨਾਲ ਨਵਾਜ਼ਿਆ ਗਿਆ।